ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਕਾਦੀਆਂ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੀ ਸਾਂਝੀ ਮੀਟਿੰਗ ਕਾਦੀਆਂ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਪਾਸ ਕੀਤਾ ਨਾਗਰਿਕਤਾ ਸੋਧ ਕਾਨੂੰਨ ਅਤੇ ਲਿਆਂਦੇ ਜਾ ਰਹੇ ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਅਜਿਹਾ ਬਹੁਤਾਰੀ ਵਾਰ ਹੈ ਜੋ ਸਾਰੇ ਧਰਮਾਂ ਦੇ ਗਰੀਬ ਲੋਕਾਂ ਤੇ ਵਰਨਾ ਹੈ। ਬੁਲਾਰੇ ਨੇ ਮੰਗ ਕੀਤੀ ਕਿ ਨਾਗਰਿਕਤਾ ਸੋਧ ਕਾਨੂੰਨ ਰੱਦ ਕੀਤਾ ਜਾਵੇ ਅਤੇ ਕੌਮੀ ਨਾਗਰਿਕ ਰਜਿਸਟਰ ਤੇ ਆਬਾਦੀ ਰਜਿਸਟਰ ਬਣਾਉਣ ਦੇ ਕਦਮ ਵਾਪਸ ਲਏ ਜਾਣ। ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਨਕਾਬ ਪਾ ਕੇ ਸੰਘੀ ਗੁੰਡਿਆਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਦਿੱਲੀ ਵਿੱਚ ਮੜੇ NSA ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਏਕਤਾ ਉਗਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਅੱਜ ਅਸੀਂ ਇੱਥੇ ਸੈਨੀਟੇਸ਼ਨ ਕਨੈਕਟਰ ਵਰਕਰ ਯੂਨੀਅਨ ਵੱਲੋਂ ਅਤੇ BKU ਏਕਤਾ ਉਗਰਾਹਾਂ ਵੱਲੋਂ PSU ਵੱਲੋਂ ਰੋਸ ਮੁਜ਼ਾਹਰਾ ਕਰ ਰਹੇ ਹਾਂ ਅਤੇ ਨਾਲ ਹੀ ਸੱਦਾ ਦੇ ਰਹੇ ਹਾਂ। 16 ਤਰੀਕ ਨੂੰ ਅਸੀਂ CAA ਦੇ ਖਿਲਾਫ਼ ਦਰਜਨ ਭਰ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕਰਕੇ ਇਹਦਾ ਵਿਰੋਧ ਕਰਨ ਜਾ ਰਹੇ ਹਾਂ, ਜਿਹਦੀ ਕੜੀ ਵਜੋਂ ਅੱਜ ਅਸੀਂ ਕਾਦੀਆਂ ਦੇ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਹਾਂ ਤਾਂ ਕਿ ਜੇ CAA NPR ਐਰਾ ਵਗੈਰਾ ਜਿਹੜਾ ਲਾਗੂ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਘੱਟ ਗਿਣਤੀਆਂ 'ਤੇ ਵੀ ਬਹੁਤ ਭੈੜਾ ਅਸਰ ਪੈਣਾ। ਜਿਹੜਾ ਕਿ ਐਂ ਕਿਹਾ ਜਾ ਰਿਹਾ ਕਿ ਮੁਸਲਮਾਨਾਂ ਅਤੇ ਹਿੰਦੂਆਂ ਦੇ ਵਿੱਚ ਪਾੜਾ ਪਾਇਆ ਜਾ ਰਿਹਾ, ਇਹ ਗੱਲ ਨਹੀਂ ਹੈਗੀ। ਇਹਦੇ ਨਾਲ ਘੱਟ ਗਿਣਤੀਆਂ 'ਤੇ ਵੀ ਜਿਹੜਾ ਉਹ ਅਸਰ ਪੈਣਾ ਜਿਹਦਾ ਅਸੀਂ ਖਿਲਾਫ਼ ਹਾਂ, ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ ਕਿ ਇਹਨੂੰ ਰੱਦ ਕੀਤਾ ਜਾਵੇ। ਸਾਡਾ ਜਿਹੜਾ ਭਾਈਚਾਰਕ ਅਤੇ ਸੱਟ ਮਾਰਨਾ ਚਾਹੁੰਦੀ ਮੋਦੀ ਸਰਕਾਰ, ਉਹ ਅਸੀਂ ਨਹੀਂ ਵੱਜਣ ਦੇਣਾ ਚਾਹੁੰਦੇ ਅਤੇ ਜੇ ਫਿਰ ਵੀ ਰੱਦ ਨਾ ਹੋਇਆ ਤਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡਾ ਇਕੱਠ ਜਿਹੜਾ ਆਪਾਂ ਕਰਾਂਗੇ ਅਤੇ ਇਹ NCR CAA ਜਿਹੜਾ ਇਹ ਐਰਾ ਵਗੈਰਾ ਇਹ ਸਾਰਾ ਰੱਦ ਕਰਾਵਾਂਗੇ ਮੋਦੀ ਵਾਂ। ਠੀਕ। ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਅਤੇ BKU ਉਗਰਾਹਾਂ ਦੀ ਸਾਂਝਾ ਮੋਰਚਾ ਅੱਜ ਕਾਦੀਆਂ ਦੇ ਵਿੱਚ ਰੋਸ ਮੁਜ਼ਾਹਰਾ ਕਰਨ ਜਾ ਰਹੇ ਹਾਂ ਨਾਗਰਿਕਤਾ ਸੋਧ ਬਿੱਲ ਦਾ, ਅਤੇ ਨਾਲ ਹੀ ਮੈਂ ਇਹੀ ਮੰਗ ਕਰਦੇ ਹਾਂ ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਜਥੇਬੰਦੀ ਵੱਲੋਂ ਕਿ ਜਿਹੜੀਆਂ ਸਾਡੀਆਂ ਹੱਕੀ ਅਤੇ ਜਾਇਜ਼ ਮੰਗਾਂ ਜੋ 15 ਜਨਵਰੀ ਨੂੰ ਅਸੀਂ ਧਰਨਾ ਲਗਾਇਆ ਸੀ ਮਲੇਰਕੋਟਲਾ ਰਜੀਏ ਸੁਲਤਾਨਾਂ ਦੀ ਧਰਤੀ 'ਤੇ, ਉਹਦਾ ਜੇ ਅਜੇ ਤੱਕ ਇਨਸਾਫ਼ ਨਾ ਮਿਲਿਆ, ਇਸ ਤੋਂ ਬਾਅਦ ਵਿੱਚ ਅਸੀਂ ਪੂਰਨ ਜ਼ੋਰ 'ਤੇ ਪੂਰੇ ਪੰਜਾਬ ਵੱਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ 23 ਫਰਵਰੀ 2019 ਨੂੰ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚਾਂਗੇ, ਰਜੀਏ ਸੁਲਤਾਨਾਂ ਦੀ ਕੋਠੀ ਦਾ ਘਿਰਾਓ ਕਰਾਂਗੇ ਔਰ ਜਿੰਨਾ ਜਿਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਉਹਨਾਂ ਜਿਕਰ ਅਸੀਂ ਉੱਥੋਂ ਉੱਠਾਂਗੇ ਨਹੀਂ। ਅੱਜ ਦਾ ਜਿਹੜਾ ਤੁਸੀਂ ਇੱਥੇ ਪ੍ਰਦਰਸ਼ਨ ਕਰ ਰਹੇ ਇਹਦਾ ਕੀ ਜੇ? ਅੱਜ ਦਾ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਇਹ ਸਾਡਾ ਇਹੀ ਪ੍ਰਦਰਸ਼ਨ ਆ ਮੋਦੀ ਸਰਕਾਰ ਦੇ ਖਿਲਾਫ਼, ਜੋ ਮੋਦੀ ਸਰਕਾਰ ਨਾਗਰਿਕਤਾ ਸੋਧ ਬਿੱਲ ਲੈ ਕੇ ਆਈ ਆਪਣੇ ਵੱਲੋਂ, ਪਰ ਇਹ ਘੱਟ ਗਿਣਤੀ ਦੇ ਉੱਤੇ ਜਿਹੜਾ ਭਾਰੀ ਪੈ ਰਿਹਾ ਵਾ, ਇਹਦੇ ਵਿੱਚ ਮੁਸਲਮਾਨ ਭਾਈਚਾਰਾ ਅਤੇ ਹਿੰਦੂ ਭਾਈਚਾਰੇ ਨੂੰ ਵੱਖ ਕਰਨ ਦੀਆਂ ਜਿਹੜੀਆਂ ਗੱਲਾਂ ਕਰ ਰਹੀ ਆ, ਸਾਡੀ ਆਪਣੀ ਸਾਂਝ ਜਿਹੜੀ ਆ ਇਹਦੀ ਜਿਹੜੀ ਆ ਇਹ ਦੁਰਵਰਤੋਂ ਕਰਨਾ ਚਾਹੁੰਦੀ ਆ, ਅਸੀਂ ਇਸਦਾ ਵਿਰੋਧ ਕਰਦੇ ਹਾਂ ਅਤੇ ਅੱਜ ਕਾਦੀਆਂ ਸ਼ਹਿਰ ਦੇ ਵਿੱਚ ਪੁਤਲਾ ਫੂਕ ਕੇ ਉਹਦਾ ਵਿਰੋਧ ਕਰਾਂਗੇ ਮੋਦੀ ਸਰਕਾਰ ਦਾ। ਇੰਨੀਆਂ ਬੇਨਤੀ ਕਹਿੰਦਾ ਦੇਵਾਂਗੇ। ਸਪਲਾਈ ਕੰਟਰੈਕਟ ਵਰਕਰ ਰਜਿਸਟਰ ਨੰਬਰ 31 ਦੇ ਜ਼ਿਲ੍ਹਾ ਪ੍ਰਧਾਨ ਪਲਾਂਟ ਪ੍ਰਧਾਨ ਆ। ਸੋ ਸਾਥੀਓ, ਅੱਜ ਦਾ ਜਿਹੜਾ ਧਰਨਾ ਵਾ ਇੱਥੇ, ਇਹ 16 ਤਰੀਕ ਨੂੰ ਜਿਹੜਾ ਵਾ ਅਸੀਂ ਇਕੱਠੇ ਹੋ ਕੇ ਮਲੇਰਕੋਟਲਾ ਦੀ ਧਰਤੀ ਦੇ ਉੱਤੇ CAA ਨੂੰ ਰੱਦ ਕਰਾਉਣ ਵਾਸਤੇ ਪਹੁੰਚ ਰਹੇ ਹਾਂ ਅਤੇ ਰੱਦ ਕਰਾ ਕੇ ਹਟਾਂਗੇ, ਅਤੇ ਅਸੀਂ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਕਾਨੂੰਨ ਨਾ ਲਿਆਉਂਦੇ ਜਾਣ, ਅਤੇ ਨਾਲ ਹੀ ਅਸੀਂ ਆਪਾਂ ਮੰਗ ਕਰਦੇ ਹਾਂ ਸਰਕਾਰਾਂ ਦੇ ਕੋਲੋਂ ਕਿ ਜਿਹੜਾ ਕਿ ਨਿੱਜੀਕਰਨ ਜਿਹੜਾ ਵਾ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਵਾ, ਇਹਨੂੰ ਰੋਕ ਕੇ ਜਿਹੜੇ ਮੁਲਾਜ਼ਮ ਬੇਰੁਜ਼ਗਾਰ ਨੌਜਵਾਨ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਨੂੰ ਪੱਕੇ ਰੁਜ਼ਗਾਰ 'ਤੇ ਲਾ ਕਰਕੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ। ਆਵਾਜ਼ੀ ਕੰਮ TV ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।